ਆਪਣੀ ਤੁਹਾਡੀ ਜ਼ਿੰਦਗੀ ਜਿਹੋ ਜੀ ਵੀ ਹੈਗੀ ਹੈ, ਜਿਹੋ ਜੀ ਵੀ ਜ਼ਿੰਦਗੀ ਹੈਗੀ ਆ, ਇਹੋ ਜਿਹੀਆਂ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਹੂਲਤਾਂ ਮਿਲ ਰਹੀਆਂ, ਇਹ ਸਹੂਲਤਾਂ ਤੁਹਾਨੂੰ ਮਿਲਣੀਆਂ ਚਾਹੀਦੀਆਂ, ਨਹੀਂ ਮਿਲਣੀਆਂ ਚਾਹੀਦੀਆਂ, ਕਿਸ ਰੂਪ ਦੇ ਵਿੱਚ ਮਿਲਣੀਆਂ ਚਾਹੀਦੀਆਂ, ਕੱਲ ਨੂੰ ਤੁਸੀਂ ਰੁਜ਼ਗਾਰ ਲੱਭਣਾ ਹੈ ਤੁਹਾਨੂੰ ਕਿਸ ਕਿਸਮ ਦਾ ਰੁਜ਼ਗਾਰ ਮਿਲਣਾ ਚਾਹੀਦਾ, ਕਿਵੇਂ ਦਾ ਰੁਜ਼ਗਾਰ ਮਿਲੂਗਾ, ਇਹ ਸਾਰਾ ਕੁਝ ਕਈ ਵਾਰ ਸਾਨੂੰ ਐਂ ਲੱਗਦਾ ਹੈ ਕਿ ਇਹ ਕਿਸੇ ਕਿਸਮਤ ਦੇ ਹੱਥ ਆ। ਇਹ ਸਾਰਾ ਕੁਝ ਇਸ ਗੱਲ ਨਾਲ ਮੁਨਸਰ ਕਰਦਾ ਹੈ ਕਿ ਤੁਹਾਡੀ ਸਰਕਾਰ ਕਿਹੋ ਜੀ ਆ, ਤੁਹਾਡਾ ਰਾਜ ਕਿਹੋ ਜਿਹਾ। ਤੁਹਾਡੇ ਤੁਸੀਂ ਅੱਜ ਆਉਣੇ ਆ, ਤੁਹਾਡੇ ਬੱਸ ਪਾਸ ਬਣਦੇ ਆ ਜਾਂ ਨਹੀਂ ਬਣਦੇ, ਬੱਸ ਪਾਸ ਰਿਆਇਤੀ ਦਰਾਂ ਤੇ ਬਣਦੇ ਆ ਨਹੀਂ ਬਣਦੇ, ਫੀਸ ਘੱਟ ਆ ਵੱਧ ਆ, ਇਹ ਅੱਜ ਦੇ ਤੁਹਾਡੇ ਮਸਲੇ ਨੇ। ਕੱਲ ਨੂੰ ਤੁਹਾਡੇ ਭਵਿੱਖ ਦੇ ਮਸਲੇ ਹੋਣੇ ਆ ਕਿ ਆਖਰ ਤੁਹਾਨੂੰ ਰੁਜ਼ਗਾਰ ਮਿਲਣਾ ਹੈ, ਰੁਜ਼ਗਾਰ ਦੇ ਲਈ ਜੇ ਹਰੇਕ ਨੂੰ ਨੌਕਰੀ ਨਹੀਂ ਮਿਲਣੀ, ਆਪਣਾ ਰੁਜ਼ਗਾਰ ਜੇ ਚਲਾਉਣਾ ਉਹਦੇ ਲਈ ਕੀ ਤੁਹਾਨੂੰ ਲੋਨ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ, ਕਿੰਨਾ ਮਿਲਣਾ, ਕਿਵੇਂ ਮਿਲਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਸਰਕਾਰ ਨੇ ਨਿਰਧਾਰਿਤ ਕਰਨੀਆਂ। ਤੇ ਜਦੋਂ ਇਹ ਸਾਰੀਆਂ ਗੱਲਾਂ ਸਰਕਾਰ ਨੇ ਨਿਰਧਾਰਿਤ ਕਰਨੀਆਂ ਤਾਂ ਫਿਰ ਉਸ ਸਰਕਾਰ ਨੂੰ ਬਣਾਉਣ ਸਮੇਂ ਵੀ ਸਾਨੂੰ ਓਨਾ ਹੀ ਸੁਚੇਤ ਰਹਿਣਾ ਚਾਹੀਦਾ, ਓਨਾ ਹੀ ਚੇਤੰਨ ਰਹਿਣਾ ਚਾਹੀਦਾ, ਓਨਾ ਹੀ ਸੋਚਣਾ ਚਾਹੀਦਾ ਕਿ ਅਸੀਂ ਅਕਸਰ ਆਖਰ ਕਿਹੜੀ ਸਰਕਾਰ ਬਣਾ ਰਹੇ ਹਾਂ। ਜਦੋਂ ਵੀ ਅੱਜ ਸਾਨੂੰ ਬਹੁਤ ਵਾਰੀ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇਹ ਅਧਿਕਾਰ ਸਦਾ ਸਦਾ ਤੋਂ ਸੀ, ਇਹ ਸਦਾ ਸਦਾ ਤੋਂ ਨਹੀਂ, ਜਿਨ੍ਹਾਂ ਦੇ ਘਰੇ ਤੁਹਾਡੇ ਦਾਦੇ ਨੇ, ਜਿਨ੍ਹਾਂ ਦੇ ਘਰੇ ਅਜੇ ਪੜਦਾਦਾ ਪੀੜ੍ਹੀ ਜਿਉਂਦੀ ਆ, ਉਹ ਪੁੱਛ ਕੇ ਵੇਖਿਆ ਜੋ ਕਿ ਕਿਸੇ ਸਮੇਂ ਇਹ ਵੋਟਾਂ ਨਹੀਂ ਸੀ ਪੈਂਦੀਆਂ। ਰਾਜੇ ਆ ਜਿਹੜੇ ਉਹ ਪੀੜ੍ਹੀ ਦਰ ਪੀੜ੍ਹੀ ਰਾਜ ਕਰਦੇ ਆ, ਜਿਹੜੇ ਤੁਸੀਂ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਆ ਉਹ ਜਾਣਦੇ ਆ ਕਿ ਉਹਨੂੰ ਅਸੀਂ ਅਰਿਸਟੋਕ੍ਰੇਸੀ ਕਹਿੰਦੇ ਸੀ ਕਿ ਪੀੜ੍ਹੀ ਦਰ ਪੀੜ੍ਹੀ ਰਾਜੇ ਹੀ ਰਾਜ ਕਰੀ ਜਾਂਦੇ ਆ, ਰਾਜੇ ਦਾ ਪੁੱਤ ਹੋਵੇ ਤਾਂ ਬੰਦਾ ਰਾਜ ਕਰ ਸਕਦਾ, ਨਹੀਂ ਬੰਦਾ ਰਾਜ ਨਹੀਂ ਕਰ ਸਕਦਾ। ਦੂਜਾ ਤਰੀਕਾ ਇਹ ਸੀ ਕਿ ਕੋਈ ਤਾਕਤਵਰ ਬੰਦਾ, ਉਹਦੇ ਬਾਹੂਬਲ 'ਚ ਜ਼ੋਰ ਆ, ਉਹਦੇ ਕੋਲੇ ਉਹ ਵੱਡਾ ਤਕੜਾ ਹੈਗਾ, ਨੱਠਮਾਰ ਆ, ਉਹਦੇ ਨਾਲ 10 ਨੱਠਮਾਰ ਹੋਰ ਜੁੜ ਗਏ ਤਾਂ ਉਹ ਤਾਨਾਸ਼ਾਹ ਬਣ ਬੈਠਦਾ ਸੀ, ਉਹ ਡਿਕਟੇਟਰ ਬਣ ਬੈਠਦਾ ਸੀ, ਉਹ ਸਾਰਿਆਂ 'ਤੇ ਰਾਜ ਕਰਦਾ ਸੀ। ਪਰ ਹੌਲੀ ਹੌਲੀ ਸਾਰੀ ਦੁਨੀਆ ਦੇ ਵਿੱਚ ਹੀ ਡੈਮੋਕ੍ਰੇਸੀ ਆਈ ਆ, ਲੋਕ ਰਾਜ ਆਇਆ। ਅੱਜ ਦੁਨੀਆ ਦੇ ਵਿੱਚ 195 ਮੁਲਕ ਨੇ ਅਤੇ 195 ਮੁਲਕਾਂ ਦੇ ਵਿੱਚੋਂ 126 ਮੁਲਕ ਆ ਜਿਹੜੇ, ਉਹਨਾਂ ਮੁਲਕਾਂ ਦੇ ਵਿੱਚ ਵੋਟਾਂ ਪੈਂਦੀਆਂ। ਹਜੇ ਵੀ ਜਿਹੜੇ 50 ਦੇ ਕਰੀਬ 70 ਦੇ ਕਰੀਬ ਜਿਹੜੇ ਮੁਲਕ ਨੇ ਉਹ ਇਸ ਗੱਲ ਲਈ ਤਰਸਦੇ ਆ ਕਿ ਕਦੇ ਅਸੀਂ ਵੋਟ ਪਾਈਏ, ਅਸੀਂ ਆਪਣੀ ਸਰਕਾਰ ਆਪ ਬਣਾਈਏ। ਹਜੇ ਵੀ ਇਹ ਇੰਨੇ ਦੇਸ਼ਾਂ ਦੇ ਵਿੱਚ ਸੰਭਵ ਨਹੀਂ ਹੋ ਸਕਦਾ। ਬਹੁਤ ਵਾਰ ਸਾਨੂੰ ਲੱਗਦਾ ਕਿ ਨਹੀਂ, ਇਹ ਤਾਂ ਬੜਾ ਸੌਖਾ ਜਿਹਾ ਅਧਿਕਾਰ ਆ, ਬਿਲਕੁਲ ਸਾਡੇ ਨਾਲ ਹੀ, ਸਾਡੇ ਸਮੇਤ ਜਿਸ ਸਮੇਂ ਸਾਡਾ ਦੇਸ਼ ਯਾਦ ਹੋਇਆ ਉਹਦੀ ਦੇਸ਼ ਦੇ 2 ਟੁਕੜੇ ਹੋ ਗਏ ਤਾਂ ਪਾਕਿਸਤਾਨ ਬਣਿਆ, ਤਾਂ ਪਾਕਿਸਤਾਨ ਦੇ ਵਿੱਚ ਆਮ ਕਰਕੇ 5 ਸਾਲ ਵੋਟਾਂ ਦਾ ਰਾਜ ਰਹਿੰਦਾ, 10 ਸਾਲ ਉੱਤੇ ਮਿਲਟਰੀ ਡਿਕਟੇਟਰਸ਼ਿਪ ਰਹਿੰਦੀ ਆ, ਚਾਹੇ ਉਹ ਅਯੂਬ ਦੀ ਹੋਵੇ ਅਤੇ ਚਾਹੇ ਉਹ ਯਹੀਆ ਖਾਨ ਦੀ ਹੋਵੇ ਅਤੇ ਚਾਹੇ ਉਹ ਜ਼ਿਆਲ ਹੱਕ ਦੀ ਹੋਵੇ। ਬਹੁਤ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਕਿ ਕਿੰਨਾ ਔਖਾ ਹੁੰਦਾ ਹੈ ਡਿਕਟੇਟਰਸ਼ਿਪ ਥੱਲੇ ਰਹਿਣਾ, ਫੌਜੀ ਰਾਜ ਥੱਲੇ ਰਹਿਣਾ, ਮਾਰਸ਼ਲ ਲਾਅ ਥੱਲੇ ਰਹਿਣਾ, ਜਾਂ ਕਿਸੇ ਇੱਕ ਰਾਜੇ ਦੀ ਪੀੜ੍ਹੀ ਦਰ ਪੀੜ੍ਹੀ ਦੀ ਰਾਜ ਥੱਲੇ ਰਹਿਣਾ। ਤੁਸੀਂ ਕਹਿ ਸਕਦੇ ਆ ਕਿ ਤੁਹਾਡੇ ਵੱਡਿਆਂ ਵਡੇਰਿਆਂ ਦੇ, ਤੁਹਾਡੇ ਬਜ਼ੁਰਗਾਂ ਦੇ, ਸਾਡੇ ਆਜ਼ਾਦੀ ਸੰਗਰਾਮੀਆਂ ਦੇ ਇਹ ਧੰਨ ਭਾਗ ਨੇ ਕਿ ਉਹਨਾਂ ਕਾਰਨ, ਚਾਹੇ ਉਹ ਸ਼ਹੀਦ ਭਗਤ ਸਿੰਘ ਹੋਏ, ਚਾਹੇ ਊਧਮ ਸਿੰਘ ਹੋਣ, ਉਹਨਾਂ ਦੇ ਕਾਰਨ ਤੁਹਾਨੂੰ ਇਹ ਆਜ਼ਾਦੀ ਮਿਲੀ ਆ ਅਤੇ ਆਜ਼ਾਦੀ ਦੇ ਨਾਲ ਹੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਬਹੁਤ ਵਾਰੀ ਸਾਨੂੰ ਇਹ ਲੱਗਦਾ ਕਿ ਵੋਟ ਪਾਉਣ ਦਾ ਅਧਿਕਾਰ ਤਾਂ ਮਿਲ ਗਿਆ, ਫਿਰ ਵੀ ਸਾਡੇ ਮਨਪਸੰਦ ਸਰਕਾਰ ਤਾਂ ਨਹੀਂ ਬਣਦੀ, ਫਿਰ ਵੀ ਸਾਡਾ ਆਪਣੀ ਇੱਛਾ ਦੀ ਸਰਕਾਰ ਤਾਂ ਨਹੀਂ ਬਣਦੀ, ਸਰਕਾਰ ਸਾਡੇ ਅਨੁਸਾਰ ਤਾਂ ਨਹੀਂ ਚੱਲਦੀ। ਦੇਖੋ, ਜਿੰਨੀ ਦੇਰ ਤੁਸੀਂ ਖੁਦ ਇਸ ਪ੍ਰੋਸੈਸ ਦੇ ਵਿੱਚ ਹਿੱਸਾ ਨਹੀਂ ਲੈਂਦੇਗੇ, ਉਨੀ ਦੇਰ ਤੁਸੀਂ ਇਸ ਚੀਜ਼ ਨੂੰ ਸਮਝ ਨਹੀਂ ਸਕਦੇ ਕਿ ਆਖਰ ਸਰਕਾਰ ਦੀਆਂ ਕੀ ਮਜਬੂਰੀਆਂ ਹੁੰਦੀਆਂ ਅਤੇ ਲੋਕਾਂ ਦੀਆਂ ਕੀ ਇੱਛਾਵਾਂ ਹੁੰਦੀਆਂ, ਲੋਕਾਂ ਦੀਆਂ ਇੱਛਾਵਾਂ ਦਰਮਿਆਨ ਅਤੇ ਸਰਕਾਰ ਦਰਮਿਆਨ ਜਿਹੜੇ ਸੰਤੁਲਨ ਬਣਾਉਣਾ ਉਹ ਕਿਸ ਤਰ੍ਹਾਂ ਬਣਾਉਣਾ ਹੈ। ਤੁਹਾਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਇੱਕ ਵਾਰ ਬਹੁਤ ਵੱਡਾ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਚੱਲਿਆ ਤਾਂ ਉਸ ਅੰਦੋਲਨ ਦੀ ਅਗਵਾਈ ਅੰਨਾ ਹਜ਼ਾਰੇ ਜੀ ਕਰ ਰਹੇ ਸੀ, ਜੋ ਵਾਰ ਵਾਰ ਕਹਿ ਰਹੇ ਸੀ ਕਿ ਲੋਕ ਸਭਾ ਦੇ ਵਿੱਚ ਜਨ ਲੋਕਪਾਲ ਬਿੱਲ ਪੇਸ਼ ਕਰੋ।
ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਕਿਹਾ ਕਿ ਤੁਹਾਡੇ ਕਹੇ ਤੇ ਅਸੀਂ ਕਿਉਂ ਪਾਸ ਕਰੂੰ, ਤੁਸੀਂ ਜਿੱਤ ਕੇ ਆ ਜਾਓ ਤਾਂ ਫਿਰ ਅਸੀਂ ਤੁਹਾਡੀ ਗੱਲ ਮੰਨ ਲਾਂਗੇ। ਤਾਂ ਉਸ ਗੱਲ ਦੇ ਵਿੱਚੋਂ ਹੀ ਤੁਹਾਨੂੰ ਪਤਾ ਕਿ ਇੱਕ ਨਵੀਂ ਪਾਰਟੀ ਦਾ ਵੀ ਜਨਮ ਹੋਇਆ, ਆਪ ਪਾਰਟੀ ਦਾ ਉਹਦੇ ਵਿੱਚੋਂ ਜਨਮ ਹੋਇਆ, ਆਮ ਆਦਮੀ ਪਾਰਟੀ ਦਾ। ਇੱਕ ਡੈਮੋਕ੍ਰੇਸੀ ਦੇ ਪ੍ਰੋਸੈਸ ਦੇ ਵਿੱਚ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਉੱਥੇ ਤਾਂ ਹਜ਼ਾਰਾਂ ਵੋਟਾਂ ਨੇ, ਜੇ ਮੈਂ ਨਾ ਵੀ ਪਾਵਾਂ ਵੋਟ ਤੇ ਤਾਂ ਵੀ ਕੀ ਫਰਕ ਪੈਣ ਲੱਗਿਆ। ਪਰ ਬਹੁਤ ਫਰਕ ਪੈਂਦਾ, ਬਹੁਤ ਜ਼ਿਆਦਾ ਫਰਕ ਪੈਂਦਾ। ਇੱਥੋਂ ਤੱਕ ਕਿ ਇਤਿਹਾਸ ਦੇ ਵਿੱਚ ਤਾਂ ਸੈਂਕੜੇ ਧਾਰਨਾ ਮਿਲਦੀਆਂ ਕਿ ਜਿੱਥੇ ਇੱਕ ਵੋਟ ਦੇ ਨਾਲ ਫੈਸਲਾ ਹੋਇਆ। ਭਾਰਤ ਦੇ ਵਿੱਚ ਸੀਪੀ ਠਾਕਰ ਨਾਂ ਦਾ ਬੰਦਾ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਦਾ ਦਾਅਵੇਦਾਰ ਸੀ, ਇੱਕ ਵੋਟ ਤੇ ਹਾਰ ਗਿਆ ਸੀ। 16,565 ਵੋਟਾਂ ਪਈਆਂ ਜਿੱਤਣ ਵਾਲੇ ਨੂੰ, ਉਹਨੂੰ 16,564 ਵੋਟਾਂ ਪਈਆਂ, ਇੱਕ ਵੋਟ ਤੇ ਹਾਰ ਗਿਆ। ਕ੍ਰਿਸ਼ਨਾ ਮੂਰਤੀ ਤਾਮਿਲਨਾਡੂ ਵਿੱਚ ਇੱਕ ਵੋਟ ਦੇ ਨਾਲ ਹਾਰ ਗਿਆ ਸੀ। ਇੱਕ ਵੋਟ ਦਾ ਬਹੁਤ ਮਹੱਤਵ ਹੁੰਦਾ। ਸੰਸਾਰ ਜੰਗ, ਜਿਹੜੀ ਦੂਜੀ ਸੰਸਾਰ ਜੰਗ ਆ, ਉਹਨੂੰ ਲਾਉਣ ਦਾ ਮੁੱਖ ਜ਼ਿੰਮੇਵਾਰ ਆ ਜਿਹੜਾ, ਉਹ ਨਾਜ਼ੀ ਹਿਟਲਰ ਮੰਨਿਆ ਜਾਂਦਾ। ਉਹ ਜਿਹੜਾ ਨਾਜ਼ੀ ਹਿਟਲਰ ਹੈਗਾ, ਉਹ ਹਿਟਲਰ ਦੀ ਗੱਲ ਇਹ ਕਿ ਜਿਸ ਵੇਲੇ ਪਾਰਟੀ ਪ੍ਰਧਾਨ ਬਣਨਾ ਸੀ ਤਾਂ ਪਾਰਟੀ ਪ੍ਰਧਾਨ ਬਣਨਾ ਜਾਂ ਨਹੀਂ ਬਣਨਾ ਇੱਕ ਵੋਟ 'ਤੇ ਫੈਸਲਾ ਹੋਇਆ ਸੀ। ਜੇ ਉਹ ਪਾਰਟੀ ਪ੍ਰਧਾਨ ਉਦੋਂ ਨਾ ਬਣਦਾ ਸ਼ਾਇਦ ਸੈਕੰਡ ਵਰਲਡ ਵਾਰ ਨਾ ਲੱਗਦੀ। ਤੋ ਇੱਕ ਵੋਟ ਦਾ ਮਹੱਤਵ ਹੁੰਦਾ, ਇੱਕ ਵੋਟ ਆ ਜਿਹੜੀ ਉਹ ਬਹੁਤ ਮਹੱਤਵਪੂਰਨ ਹੁੰਦੀ ਆ। ਇਸ ਕਾਰਨ ਕਰਕੇ ਤੁਸੀਂ ਵੋਟ ਪਾਉਣੀ ਆ। ਕਈ ਵਾਰ ਇਹ ਵੀ ਸਾਨੂੰ ਲੱਗਦਾ ਰਹਿੰਦਾ ਕਿ ਇਹ ਅਧਿਕਾਰ ਆ ਜਿਹੜਾ, ਇਹ ਤਾਂ ਸਾਨੂੰ ਮਿਲਿਆ ਹੀ ਆ, ਇਹ ਕੋਈ ਐਡੀ ਗੱਲ ਨਹੀਂ। ਹੈਰਾਨੀ ਦੀ ਗੱਲ ਇਹ ਹੈਗੀ ਆ ਕਿ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਸਿਰਫ ਉਹਨਾਂ ਨੂੰ ਦਿੱਤਾ ਗਿਆ ਰਾਜਿਆਂ ਵੱਲੋਂ ਕਿ ਜਿਹੜੇ ਨੋਬਲ ਨੇ, ਨੋਬਲ ਤੋਂ ਭਾਵ ਜਿਹੜੇ ਲੈਂਡਲਾਰਡ ਨੇ, ਲੈਂਡਲਾਰਡ ਤੋਂ ਭਾਵ ਜਿਨ੍ਹਾਂ ਕੋਲ ਜ਼ਮੀਨ ਆ। ਵੋਟ ਸਿਰਫ ਉਹ ਪਾ ਸਕਦਾ ਸੀ ਜਿਹਦੇ ਕੋਲ ਜਾਇਦਾਦ ਆ ਜਾਂ ਜਿਹੜਾ ਪ੍ਰੋਪਰਟੀ ਟੈਕਸ ਅਦਾ ਕਰਦਾ ਹੈ। ਸਭ ਨੂੰ ਵੋਟ ਦਾ ਅਧਿਕਾਰ, ਜਿਹਨੂੰ ਅਸੀਂ ਜਨਤੰਤਰ ਕਹਿੰਦੇ ਹਾਂ ਕਿ ਹਰੇਕ ਨੂੰ ਵੋਟ ਦਾ ਅਧਿਕਾਰ, ਇਹ ਬਹੁਤ ਬਾਅਦ ਦੀ ਗੱਲ ਹੈ। ਇੱਥੋਂ ਤੱਕ ਕਿ ਯੂਰਪ ਨੂੰ ਬਹੁਤ ਐਡਵਾਂਸ ਇਲਾਕਾ ਸਮਝਿਆ ਜਾਂਦਾ, ਉੱਥੋਂ ਦੇ ਦੇਸ਼ਾਂ ਨੂੰ ਬੜਾ ਐਡਵਾਂਸ ਸਮਝਿਆ ਜਾਂਦਾ, ਪਰ ਉੱਥੇ ਵੀ ਮੈਂ ਆਪਣੀਆਂ ਭੈਣਾਂ ਨੂੰ, ਆਪਣੀਆਂ ਬੱਚੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਉੱਥੇ ਵੀ ਵੋਟ ਦਾ ਔਰਤ ਨੂੰ ਅਧਿਕਾਰ ਨਹੀਂ ਸੀਗਾ। ਇੱਥੋਂ ਤੱਕ ਕਿ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਜਿਹਨੂੰ ਬਹੁਤ ਜ਼ਿਆਦਾ ਐਡਵਾਂਸ ਸਮਝਿਆ ਜਾਂਦਾ, ਉੱਥੇ ਵੀ 1971 ਤੱਕ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਅਤੇ ਜੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਆ, ਉਹਨਾਂ ਨੂੰ ਆਪਣੀ ਇਸ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ। ਪਰ ਜਦੋਂ ਅਸੀਂ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਤਾਂ ਫਿਰ ਲੋਕ ਕਵੀ ਜਗਸੀਰ ਜੀਤ ਦੇ ਵਾਂਗ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜੀ ਵੋਟ ਆ ਉਹ 'ਤੇ ਮਾ ਕੇ 400 'ਚ ਪੈ ਗਈ ਅਤੇ ਭੇਡ ਆ ਜਿਹੜੀ ਉਹ 800 'ਚ ਵਿਕ ਗਈ। ਕਿ ਤੁਸੀਂ ਜਦੋਂ ਵੋਟ ਪਾਉਣੀ ਆ ਤਾਂ ਉਦੋਂ ਕਿਸ ਤਰ੍ਹਾਂ ਪਾਉਣੀ ਆ, ਇਹ ਵੀ ਇੱਕ ਮਸਲਾ ਹੈਗਾ। ਜਿਹੜੇ ਇੱਥੇ ਸਲੋਗਨ ਲਿਖੇ ਹੈਗੇ ਆ ਕਿ ਨਸ਼ੇ ਪਿੱਛੇ ਵੋਟ ਨਾ ਵੇਚੋ, ਪੈਸੇ ਲੈ ਕੇ ਵੋਟ ਨਾ ਵੇਚੋ, ਜਾਂ ਇਹ ਜੋ ਵੋਟ ਪਾਉਣੇ ਆ ਉਦੋਂ ਆਪਦੇ ਸਿਰਫ ਧਰਮ ਦਾ ਜਾਂ ਆਪਦੇ ਇਲਾਕੇ ਦਾ ਜਾਂ ਸਿਰਫ ਇਸ ਗੱਲ ਕਰਕੇ ਕਿ ਮੇਰੀ ਜਾਤ ਦਾ ਵੋਟ ਨਾ ਪਾਓ, ਤੁਸੀਂ ਚੰਗੇ ਬੰਦੇ ਨੂੰ ਵੋਟ ਪਾਓ। ਤਾਂ ਅੱਜ ਜਿਸ ਗੱਲ 'ਤੇ ਅਸੀਂ ਧਿਆਨ ਕੇਂਦਰਿਤ ਕਰਨਾ ਹੈ ਕਿ ਪਹਿਲੀ ਗੱਲ ਕਿ ਵੋਟ ਪਾਊਗੀ ਤਾਂ ਜੇ ਵੋਟ ਬਣਾਈ ਹੋਊਗੀ, ਤਾਂ ਅੱਜ ਦੀ ਜਿਹੜਾ ਮੁੱਖ ਮੁਹਿੰਮ ਆ ਉਹ ਵੋਟ ਬਣਾਉਣ ਨਾਲ ਆ ਕਿ ਵੋਟ ਬਣਾਓ, ਫਿਰ ਵੋਟ ਬਣਾ ਕੇ ਵੋਟ ਪਾਓ ਅਤੇ ਪਾ ਕੇ ਜਿਹੜੀ ਆ ਉਹ ਆਪਦੇ ਮਨਪਸੰਦ ਦੀ ਜਿਹੜੀ ਸਰਕਾਰ ਆ ਉਹ ਬਣਾਓ। ਤਾਂ ਉਸ ਦੇ ਲਈ ਜਿਹੜਾ ਵੀ ਲੜਕਾ ਜਾਂ ਲੜਕੀ ਕਿਸੇ ਵੀ ਜਾਤ ਧਰਮ ਦੇ ਹੋ ਸਕਦੀ ਆ, ਕਿਸੇ ਵੀ ਉਮਰ ਦੇ, ਜਿਹੜਾ ਕਿ ਸਾਡੇ ਲੰਮੇ ਸਮੇਂ ਸੀ ਕਿ ਜਾਤ ਅਧਾਰਤ ਆ, ਉਮਰ ਉਹਦੀ ਬਸ 1-1-17 ਨੂੰ 18 ਸਾਲ ਹੋਣੀ ਚਾਹੀਦੀ ਆ, ਉਹ ਵੋਟ ਦਾ ਅਧਿਕਾਰੀ ਆ। ਤਾਂ ਉਹ ਤੁਸੀਂ ਵੋਟ ਬਣਾਓ। ਇਹਦੀਆਂ ਗੱਲਾਂ ਤੁਹਾਡੇ ਨਾਲ ਮੈਂ ਕਰਨੀਆਂ ਸੀ, ਉਹ ਕੀਤੀਆਂ, ਤੁਸੀਂ ਸਾਰੀਆਂ ਗੱਲਾਂ ਸੁਣੀਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।